ਇੱਕ ਕੋਇਲੇ ਦੀ ਖਾਣ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਨਿਰੀਖਣ ਕਰਨ ਗਈ ਟੀਮ ਦੇ 15 ਲੋਕ ਅੰਦਰ ਹੀ ਫਸ ਗਏ ਨੇ, ਜਿਨ੍ਹਾਂ ਨੂੰ ਹੁਣ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਦੇਰ ਰਾਤ ਤੋਂ NDRF ਦੀਆਂ ਟੀਮਾਂ ਅਤੇ ਹੋਰ ਰੈਸਕਿਊ ਟੀਮਾਂ ਨੂੰ ਮੌਕੇ ਦੇ ਉੱਤੇ ਬੁਲਾਇਆ ਗਿਆ ਤੇ ਲਗਾਤਾਰ ਆਪਰੇਸ਼ਨ ਨੂੰ ਸ਼ੁਰੂ ਕਰ ਦਿੱਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਕੋਇਲੇ ਦੀ ਖਾਣ ਦੇ ਵਿੱਚ 15 ਲੋਕ ਫਸੇ ਨੇ। ਲਿਫਟ ਖਰਾਬ ਹੋਣ ਦੇ ਕਾਰਨ ਕਿਹਾ ਜਾ ਰਿਹਾ ਕਿ ਇਹ ਹਾਦਸਾ ਵਾਪਰਿਆ। ਫਿਲਹਾਲ ਲਗਾਤਾਰ ਹੁਣ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਰਾਤ ਨੂੰ ਥੋੜ੍ਹੀ ਦਿੱਕਤਾਂ ਹਨੇਰੇ ਕਰਕੇ ਜ਼ਰੂਰ ਆਈਆਂ ਸੀ, ਪਰ ਦਿਨ ਚੜ੍ਹਦੇ ਹੀ ਹੁਣ ਕਿਹਾ ਜਾ ਰਿਹਾ ਕਿ ਜੋ ਆਪਰੇਸ਼ਨ ਹੈ ਉਸਨੂੰ ਤੇਜ਼ ਕਰ ਦਿੱਤਾ ਗਿਆ। ਤਾਂ ਰਾਜਸਥਾਨ ਦੇ ਝੁੰਝਨੂ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ। ਕਈ 100 ਫੁੱਟ ਡੂੰਘੀ ਖਾਣ ਦੇ ਵਿੱਚ 15 ਲੋਕ ਫਸੇ ਨੇ। ਲਿਫਟ ਖਰਾਬ ਹੋਣ ਦੇ ਨਾਲ ਇਹ ਹਾਦਸਾ ਵਾਪਰਿਆ। ਨਿਰੀਖਣ ਕਰਨ ਗਈ ਟੀਮ ਦੇ ਲੋਕ ਜੋ ਸੀ ਉਹ ਅੰਦਰ ਹੀ ਫਸ ਜਾਂਦੇ ਨੇ। ਵਾਪਸ ਆਉਣ ਦੇ ਵੇਲੇ ਲਿਫਟ ਦੀ ਇੱਕ ਰੱਸੀ ਟੁੱਟ ਜਾਂਦੀ ਹੈ, ਜਿਸ ਦੇ ਕਾਰਨ HCL ਦੀ ਕੋਲੇਹਾਨ ਖਾਣ ਦੇ ਵਿੱਚ ਕਈ ਲੋਕ ਫਸ ਜਾਂਦੇ ਨੇ। ਰੈਸਕਿਊ ਮੁਹਿੰਮ ਰਾਤ ਤੋਂ ਚਲਾਈ ਜਾ ਰਹੀ ਹੈ। ਐਂਬੂਲੈਂਸ ਅਤੇ ਡਾਕਟਰ ਦੀਆਂ ਵੀ ਕਈ ਟੀਮਾਂ ਮੌਕੇ 'ਤੇ ਤੈਨਾਤ ਕਰ ਦਿੱਤੀਆਂ ਗਈਆਂ ਨੇ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਰਾਜਸਥਾਨ ਤੋਂ, ਜਿੱਥੇ ਕਿ ਇੱਕ ਕੋਇਲੇ ਦੀ ਖਾਣ ਦੇ ਵਿੱਚ 15 ਲੋਕ ਫਸੇ ਨੇ। ਫਿਲਹਾਲ ਮੌਕੇ ਦੇ ਉੱਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਥੋੜ੍ਹੀ ਹੀ ਦੇਰ ਤੱਕ ਜੋ ਰੈਸਕਿਊ ਸ਼ੁਰੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇੱਕ ਇੱਕ ਕਰਕੇ ਇਸ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ। ਤਾਂ ਦੱਸ ਦਈਏ ਕਿ ਲਿਫਟ ਦੇ ਰਾਹੀਂ ਇਹ ਅੰਦਰ ਨਿਰੀਖਣ ਕਰਨ ਦੇ ਲਈ 15 ਲੋਕ ਗਏ ਸੀ, ਪਰ ਰਸਤੇ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਵਾਪਸੀ ਕਰ ਰਹੇ ਸੀ ਤਾਂ ਲਿਫਟ ਦੀ ਰੱਸੀ ਟੁੱਟ ਜਾਂਦੀ ਹੈ। ਰੱਸੀ ਟੁੱਟਣ ਦੇ ਕਾਰਨ ਉਹ ਵਿਚਕਾਰ ਹੀ ਫਸ ਜਾਂਦੇ ਨੇ। ਫਿਲਹਾਲ ਲਗਾਤਾਰ ਹੁਣ ਪ੍ਰਸ਼ਾਸਨ ਦੀਆਂ ਟੀਮਾਂ ਕਈ ਮੌਕੇ ਦੇ ਉੱਤੇ ਪਹੁੰਚੀਆਂ ਨੇ ਤੇ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇੱਕ ਕੋਇਲੇ ਦੀ ਖਾਣ ਦੇ ਵਿੱਚ ਵੱਡਾ ਹਾਦਸਾ ਵਾਪਰਿਆ। ਨਿਰੀਖਣ ਕਰਨ ਗਈ ਟੀਮ ਦੇ 15 ਲੋਕ ਅੰਦਰ ਹੀ ਫਸ ਗਏ ਨੇ, ਜਿਨ੍ਹਾਂ ਨੂੰ ਹੁਣ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਦੇਰ ਰਾਤ ਤੋਂ NDRF ਦੀਆਂ ਟੀਮਾਂ ਅਤੇ ਹੋਰ ਰੈਸਕਿਊ ਟੀਮਾਂ ਨੂੰ ਮੌਕੇ ਦੇ ਉੱਤੇ ਬੁਲਾਇਆ ਗਿਆ ਤੇ ਲਗਾਤਾਰ ਆਪਰੇਸ਼ਨ ਨੂੰ ਸ਼ੁਰੂ ਕਰ ਦਿੱਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਕੋਇਲੇ ਦੀ ਖਾਣ ਦੇ ਵਿੱਚ 15 ਲੋਕ ਫਸੇ ਨੇ। ਲਿਫਟ ਖਰਾਬ ਹੋਣ ਦੇ ਕਾਰਨ ਕਿਹਾ ਜਾ ਰਿਹਾ ਕਿ ਇਹ ਹਾਦਸਾ ਵਾਪਰਿਆ। ਫਿਲਹਾਲ ਲਗਾਤਾਰ ਹੁਣ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਹਾਲਾਂਕਿ ਰਾਤ ਨੂੰ ਥੋੜ੍ਹੀ ਦਿੱਕਤਾਂ ਹਨੇਰੇ ਕਰਕੇ ਜ਼ਰੂਰ ਆਈਆਂ ਸੀ, ਪਰ ਦਿਨ ਚੜ੍ਹਦੇ ਹੀ ਹੁਣ ਕਿਹਾ ਜਾ ਰਿਹਾ ਕਿ ਜੋ ਆਪਰੇਸ਼ਨ ਹੈ ਉਸਨੂੰ ਤੇਜ਼ ਕਰ ਦਿੱਤਾ ਗਿਆ। ਤਾਂ ਰਾਜਸਥਾਨ ਦੇ ਝੁੰਝਨੂ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ। ਕਈ 100 ਫੁੱਟ ਡੂੰਘੀ ਖਾਣ ਦੇ ਵਿੱਚ 15 ਲੋਕ ਫਸੇ ਨੇ। ਲਿਫਟ ਖਰਾਬ ਹੋਣ ਦੇ ਨਾਲ ਇਹ ਹਾਦਸਾ ਵਾਪਰਿਆ। ਨਿਰੀਖਣ ਕਰਨ ਗਈ ਟੀਮ ਦੇ ਲੋਕ ਜੋ ਸੀ ਉਹ ਅੰਦਰ ਹੀ ਫਸ ਜਾਂਦੇ ਨੇ। ਵਾਪਸ ਆਉਣ ਦੇ ਵੇਲੇ ਲਿਫਟ ਦੀ ਇੱਕ ਰੱਸੀ ਟੁੱਟ ਜਾਂਦੀ ਹੈ, ਜਿਸ ਦੇ ਕਾਰਨ HCL ਦੀ ਕੋਲੇਹਾਨ ਖਾਣ ਦੇ ਵਿੱਚ ਕਈ ਲੋਕ ਫਸ ਜਾਂਦੇ ਨੇ। ਰੈਸਕਿਊ ਮੁਹਿੰਮ ਰਾਤ ਤੋਂ ਚਲਾਈ ਜਾ ਰਹੀ ਹੈ। ਐਂਬੂਲੈਂਸ ਅਤੇ ਡਾਕਟਰ ਦੀਆਂ ਵੀ ਕਈ ਟੀਮਾਂ ਮੌਕੇ 'ਤੇ ਤੈਨਾਤ ਕਰ ਦਿੱਤੀਆਂ ਗਈਆਂ ਨੇ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਰਾਜਸਥਾਨ ਤੋਂ, ਜਿੱਥੇ ਕਿ ਇੱਕ ਕੋਇਲੇ ਦੀ ਖਾਣ ਦੇ ਵਿੱਚ 15 ਲੋਕ ਫਸੇ ਨੇ। ਫਿਲਹਾਲ ਮੌਕੇ ਦੇ ਉੱਤੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਥੋੜ੍ਹੀ ਹੀ ਦੇਰ ਤੱਕ ਜੋ ਰੈਸਕਿਊ ਸ਼ੁਰੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇੱਕ ਇੱਕ ਕਰਕੇ ਇਸ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ। ਤਾਂ ਦੱਸ ਦਈਏ ਕਿ ਲਿਫਟ ਦੇ ਰਾਹੀਂ ਇਹ ਅੰਦਰ ਨਿਰੀਖਣ ਕਰਨ ਦੇ ਲਈ 15 ਲੋਕ ਗਏ ਸੀ, ਪਰ ਰਸਤੇ ਦੇ ਵਿੱਚ ਕਿਹਾ ਜਾ ਰਿਹਾ ਕਿ ਜਦੋਂ ਵਾਪਸੀ ਕਰ ਰਹੇ ਸੀ ਤਾਂ ਲਿਫਟ ਦੀ ਰੱਸੀ ਟੁੱਟ ਜਾਂਦੀ ਹੈ। ਰੱਸੀ ਟੁੱਟਣ ਦੇ ਕਾਰਨ ਉਹ ਵਿਚਕਾਰ ਹੀ ਫਸ ਜਾਂਦੇ ਨੇ। ਫਿਲਹਾਲ ਲਗਾਤਾਰ ਹੁਣ ਪ੍ਰਸ਼ਾਸਨ ਦੀਆਂ ਟੀਮਾਂ ਕਈ ਮੌਕੇ ਦੇ ਉੱਤੇ ਪਹੁੰਚੀਆਂ ਨੇ ਤੇ ਰੈਸਕਿਊ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ।